ਲੋਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪੂਰੀ ਬਹੁਤ ਸੰਮਤੀ ਤੋਂ ਵੀ ਵੱਧ ਸਾਡੇ ਕਾਂਗਰਸ ਪਾਰਟੀ ਦੇ MC ਜਿਤਾਏ ਨੇ ਔਰ ਮੈਂ ਸਾਰੇ ਨਾਭੇ ਦੇ ਲੋਕਾਂ ਨੂੰ ਵਧਾਈ ਦੇਣੀ ਚਾਹੁੰਦਾ ਔਰ ਵਧਾਈ ਦੇਣਾ ਚਾਹੁੰਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਜਿਨ੍ਹਾਂ ਦੀ 4 ਸਾਲ ਦੀ ਕਾਰਗੁਜ਼ਾਰੀ 'ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾਈ ਹੈ ਉੱਥੇ ਨਾਭੇ ਨੇ ਵੀ ਲਾਈ ਹੈ ਔਰ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੀ ਔਰ ਪੂਰੇ ਦੇਸ਼ ਦੀ ਪ੍ਰਧਾਨ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਨੂੰ ਵਧਾਈ ਦੇਣੀ ਚਾਹੁੰਦਾ ਕਿ ਪੰਜਾਬ ਦੀ ਅੱਜ ਪਹਿਲੀ ਕਮੇਟੀ ਹੈ ਬਾਕੀ ਵੀ ਭਾਵੇਂ ਇਲੈਕਸ਼ਨਾਂ ਹੋਣੀਆਂ ਨੇ ਅੱਜ ਪ੍ਰਧਾਨਗੀ ਦੀ ਚੋਣ ਇੱਥੇ ਹੋਈ ਹੈ ਔਰ ਸਰਬਸੰਮਤੀ ਦੇ ਨਾਲ ਵੱਡੀ ਗੱਲ ਇਹ ਹੋਈ ਆ ਕਿ ਸਰਬਸੰਮਤੀ ਦੇ ਨਾਲ ਭਾਵੇਂ ਕਾਂਗਰਸ ਕੋਲ ਬਹੁਤ ਜ਼ਿਆਦਾ ਮੈਂਬਰ ਸੀਗੇ ਪਰ ਫਿਰ ਵੀ ਜਿਹੜੇ 2-4 ਮੈਂਬਰ 5 ਸੀਗੇ ਦੂਸਰੇ ਉਹਨਾਂ ਨੇ ਵੀ ਸਹਿਮਤੀ ਪ੍ਰਗਟਾ ਕੇ ਕੋਈ ਇਲੈਕਸ਼ਨ ਨਹੀਂ ਹੋਈ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਹੋਈ ਆ ਜਿਹ 'ਚ ਸਾਡੇ ਸ਼ੈਂਟੀ ਸਾਹਿਬ ਜਿਹੜੇ ਪਹਿਲਾਂ ਪ੍ਰਧਾਨ ਸੀਗੇ ਰਹਿ ਚੁੱਕੇ ਨੇ ਉਹ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਦਲੀਪ ਕੁਮਾਰ ਬਿੱਟੂ ਜੀ ਔਰ ਵਾਈਸ ਪ੍ਰਧਾਨ ਸੁਜਾਤਾ ਚਾਵਲਾ ਜੀ ਬਣੇ ਨੇ ਲੇਡੀਜ਼ ਤੋਂ ਔਰ ਮੈਂ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਔਰ ਸਾਰੇ ਸਮੁੱਚੇ ਕਮੇਟੀ ਨੂੰ ਜਿਹੜੇ ਮੈਂਬਰ ਚੁਣ ਕੇ ਆਏ ਨੇ ਅੱਜ ਇਹ ਕਮੇਟੀ ਬਣੀ ਹੈ ਔਰ ਮੈਂ ਸਮਝਦਾ ਕਿ ਉਸੇ ਤਰ੍ਹਾਂ ਹੀ ਹੈ ਕਿ ਗਵਰਨਰੀ ਰਾਜ ਤੋਂ ਬਾਅਦ ਜਦੋਂ ਲੋਕ ਉਡੀਕਣ ਯਾਰ ਆਪਣੇ ਚੁਣੇ ਨੁਮਾਇੰਦਿਆਂ ਦੀ ਸਰਕਾਰ ਆਏ ਅਤੇ ਅੱਜ ਨਾਭੇ 'ਚ ਵੀ 1 ਸਾਲ ਤੋਂ ਬਾਅਦ ਭਾਵੇਂ ਕੰਮ ਬਹੁਤ ਵਧੀਆ ਹੋ ਰਿਹਾ ਸੀ ਪਰ ਲੋਕਾਂ ਨੂੰ ਰੀਝ ਹੁੰਦੀ ਹੈ ਕਿ ਸਾਡਾ MC ਹੋਵੇ ਸਾਡੇ ਪ੍ਰਧਾਨ ਹੋਣ ਉਹਨਾਂ ਤੋਂ ਜ਼ਿਆਦਾ ਕੰਮ ਕਰਾਵਾਂਗੇ ਅੱਜ ਉਹ ਲੋਕ ਰਾਜ ਹੈ ਜਿਹੜਾ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣੀ ਹੈ ਇਸ ਗੱਲ ਦੀ ਮੈਂ ਸਾਰੇ ਨਾਭੇ ਨੂੰ ਵਧਾਈ ਦੇਣੀ ਚਾਹੁੰਦਾ ਔਰ ਸਾਰੇ ਜਿਹੜੇ MC ਨੇ ਉਹਨਾਂ ਨੂੰ ਵੀ ਵਧਾਈ ਦੇਣੀ ਚਾਹੁੰਦਾ ਮੈਂ ਪਹਿਲਾਂ ਤਾਂ ਬਹੁਤ ਹੀ ਧੰਨਵਾਦੀ ਹਾਂ ਸਰਦਾਰ ਸਾਧ ਸਿੰਘ ਧਰਮਸੋਤ ਜੀ ਕੈਬਨਿਟ ਮੰਤਰੀ ਪੰਜਾਬ ਜਿਨ੍ਹਾਂ ਦੇ ਜੋ ਉਹਨਾਂ ਦੀ ਸੋਚ ਸਦਕਾ ਨਾਭੇ ਦੇ ਵਿੱਚ ਵਿਕਾਸ ਕਾਰਜ ਹੋਏ ਨੇ ਉਹ ਵਿਕਾਸ ਕਾਰਜਾਂ ਕਰਕੇ ਸਮੁੱਚੀ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ ਪਹਿਲਾਂ ਵੀ ਉਹਨਾਂ ਦਾ ਆਸ਼ੀਰਵਾਦ ਰਿਹਾ ਉਹਨਾਂ ਨੇ ਫੰਡ ਲਿਆਂਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਭੇ ਦਾ ਵਿਕਾਸ ਚੱਲ ਰਿਹਾ ਉਹਦੇ 'ਚ ਸਾਡੀ ਨਗਰ ਕੌਂਸਲ ਨਾਭਾ ਜੋ ਹੈ ਪੂਰੇ ਬਹੁਮਤ ਦੇ ਨਾਲ ਕਾਂਗਰਸ ਦੀ ਇੱਥੇ ਸਾਡੇ MC ਚੁਣੇ ਗਏ ਅਤੇ ਜੋ ਵੀ ਕੋਈ ਆਜ਼ਾਦ ਵੀ ਸੀਗੇ ਉਹਨਾਂ ਨੇ ਵੀ ਕਾਂਗਰਸ ਤੋਂ ਪ੍ਰਭਾਵਿਤ ਹੋ ਕੇ ਸਾਰੇ ਸਾਡੇ ਪਿੱਛੇ ਆ ਗਏ ਅਤੇ ਅੱਜ ਸਾਰਾ ਸਾਂਝਿਆਂ ਨਾਲ ਸਾਡੀ ਇੱਥੇ ਚੋਣ ਦਾ ਮੰਤਰੀ ਸਾਹਿਬ ਦੇ ਅਗਵਾਈ 'ਚ ਚੋਣ ਸੀਗੀ ਕਨਵੀਨਰ ਸਾਹਿਬ ਲੱਗੇ ਹੋਏ ਸੀ SDM ਸਾਹਿਬ ਪਰੰਤੂ ਸਾਰਿਆਂ ਨੇ ਸਰਬਸੰਮਤੀ ਨਾਲ ਸ਼ਹਿਰ ਵਾਸਤੇ ਮੰਤਰੀ ਸਾਹਿਬ ਦੇ ਜੋ ਕੰਮਾਂ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਇੱਥੇ ਚੋਣ ਹੋਈ ਹੈ 23 ਦੇ 23 ਕੌਂਸਲਰਾਂ ਨੇ ਸਾਨੂੰ ਸਰਬਸੰਮਤੀ ਨਾਲ ਚੁਣਿਆ ਮੈਂ ਮੰਤਰੀ ਸਾਹਿਬ ਦਾ ਸਮੁੱਚੀ ਕਾਂਗਰਸ ਪਾਰਟੀ ਦਾ ਸਮੂਹ ਉੱਪਰਲੀ ਲੀਡਰਸ਼ਿਪ ਸਾਡੇ ਮਹਾਰਾਣੀ ਪਰਨੀਤ ਕੌਰ ਜੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਅਤੇ ਜੋ ਵਿਸ਼ਵਾਸ ਦਿਵਾਉਂਦਾ ਕਿ ਮੰਤਰੀ ਸਾਹਿਬ ਨੇ ਮੇਰੇ 'ਚ ਮੁੜ ਤੋਂ ਵਿਸ਼ਵਾਸ ਜੋ ਪ੍ਰਗਟਾਇਆ ਉਹਦੇ ਪਿੱਛੇ ਜੋ ਸਾਡੇ ਸ਼ਹਿਰ ਦੇ ਅਧੂਰੇ ਕੰਮ ਨੇ ਵੈਸੇ ਤਾਂ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਸਾਰੇ ਕੰਮ ਚੱਲ ਰਹੇ ਨੇਗੇ ਜੋ ਅਧੂਰੇ ਕੰਮ ਨੇ ਉਹ ਅਸੀਂ ਬਹੁਤ ਜਲਦ ਪੂਰੇ ਕਰਕੇ ਦੇਵਾਂਗੇ ਤਾਂ ਕਿ ਜੋ 2022 ਦੀ ਇਲੈਕਸ਼ਨ ਆ ਰਹੀ ਹੈ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇ ਅਤੇ ਸਰਦਾਰ ਸਾਧ ਸਿੰਘ ਧਰਮਸੋਤ ਜੀ ਇੱਥੋਂ ਫਿਰ ਜਿੱਤ ਕੇ ਵਜ਼ੀਰ ਬਣਨ ਪਰਮਾਤਮਾ ਕਰੇ ਅਤੇ ਸਾਰੀ ਸਾਡੀ ਕਾਂਗਰਸ ਦੀ ਸਰਕਾਰ ਬਣੇ ਧੰਨਵਾਦੀ ਹਾਂ ਸਰਦਾਰ ਸਾਧੂ ਸਿੰਘ ਧਰਮਜੋਤ ਸਿੰਘ ਦਾ ਜਿਨ੍ਹਾਂ ਦੀ ਰਹਿਮ ਹੋਈ ਅੱਜ ਨਗਰ ਕੌਂਸਲ ਨਾਭਾ ਦੀ ਚੋਣ ਹੋਈ ਔਰ ਮੁਬਾਰਕਾਂ ਦਿੰਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜਿਨ੍ਹਾਂ ਨੇ ਮੰਤਰੀ ਸਾਹਿਬ ਨੇ ਅੱਜ ਸਾਰੇ ਪੰਜਾਬ ਵਿੱਚ ਪਹਿਲਾ ਨੰਬਰ ਲਿੱਤਾ ਹੈ ਇਹ ਹਰ ਕੰਮ 'ਚ ਪਹਿਲਾ ਨੰਬਰ ਲੈਂਦੇ ਹਨ ਅੱਜ ਇਹ ਕਮੇਟੀ ਦਾ ਵੀ ਪਹਿਲਾ ਨੰਬਰ ਹੈ ਪੰਜਾਬ ਵਿੱਚ ਬੁਣੀ ਇੱਥੋਂ ਹੋਈ ਹੈ ਕਾਂਗਰਸ ਦੀ ਕਮੇਟੀ ਬਣੀ ਹੈ ਐਂ ਸਾਰੇ ਪੰਜਾਬ ਵਿੱਚ ਕਾਂਗਰਸ ਦੀ ਕਮੇਟੀਆਂ ਬਣਨਗੀਆਂ ਔਰ ਧੰਨਵਾਦੀਆਂ ਸੀ ਇਹਨਾਂ ਦਾ ਜਿਨ੍ਹਾਂ ਨੇ ਇੰਨੀ ਵਧੀਆ ਟੀਮ ਦੇ ਪਹਿਲਾਂ ਟਿਕਟਾਂ ਦਿੱਤੀਆਂ ਉਹੀ ਵਧੀਆ ਚੁਣ ਕੇ ਆਈ ਅਤੇ ਵਧੀਆ ਹੀ ਉਹਨਾਂ ਨੇ ਮੈਂਬਰ ਅੱਜ ਇੱਥੇ ਕਮੇਟੀ ਦੇ ਵਿੱਚ ਪ੍ਰਧਾਨ ਵਾਈਸ ਪ੍ਰਧਾਨ ਸੀਗਾ ਮੀਤ ਪ੍ਰਧਾਨ ਜੋ ਚੋਣ ਹੋਈ ਹੈ ਅਸੀਂ ਇਹਨਾਂ ਦੇ ਵਿਸ਼ਵਾਸ 'ਤੇ ਜੋ ਇਹਨਾਂ ਸਾਡੇ ਦੇ ਪੂਰਾ ਰੱਖਿਆ ਹੈ ਉਵੇਂ ਇਹਨਾਂ ਦੇ ਵਿਸ਼ਵਾਸ 'ਤੇ ਖਰੇ ਉਤਰਾਂਗੇ ਔਰ ਨਾਭੇ ਦਾ ਰਲ ਮਿਲ ਕੇ ਸਾਰੇ ਵਿਕਾਸ ਕਰਾਂਗੇ ਜਿਵੇਂ ਇਹਨਾਂ ਦੀ ਟੀਮ ਇੱਥੇ ਕੋਈ ਪਾਰਟੀਬਾਜ਼ੀ ਨਹੀਂ ਹੈ ਸਾਰੇ ਰਲ ਮਿਲ ਕੇ ਅਸੀਂ ਸ਼ਹਿਰ ਦੇ ਵਿਕਾਸ ਲਈ ਇਕੱਠੇ ਹੋਏ ਹਾਂ ਅਤੇ ਇਕੱਠੇ ਹੀ ਰਹਾਂਗੇ ਔਰ ਸਾਰੇ ਹੀ ਰਲ ਮਿਲ ਕੇ ਨਾਭੇ ਦੀ ਬਿਹਤਰੀ ਲਈ ਕੰਮ ਕਰਾਂਗੇ ਧੰਨਵਾਦ।